ਸਹਾਇਕਾਰਤਾ ਵਿਭਾਗ ਦੇ ਵਿੱਚ 100 ਕਰੋੜ ਦਾ ਕਪਲਾ ਦੇਖਣ ਨੂੰ ਮਿਲਿਆ ਜਿੱਥੇ ਕਿ ਵੱਡੇ ਅਧਿਕਾਰੀ ਸੀਨੀਅਰ ਅਧਿਕਾਰੀ ਕਈ ਮੁਲਾਜ਼ਮ ਜਿਹੜੇ ਨੇ ਉਹ ਇਸ ਕਪਲੇ ਦੇ ਵਿੱਚ ਸ਼ਾਮਿਲ ਸੀ ਐਨਾ ਹੀ ਨਹੀਂ ਇਸ ਕਪਲੇ ਦੇ ذریعے ਐਨਾ ਅਧਿਕਾਰੀਆਂ ਦੇ ਵੱਲੋਂ ਜਿਹੜਾ ਆਪਣੀਆਂ ਜ਼ਮੀਨਾਂ ਆਪਣੇ ਫਲੈਟ ਤਾਂ ਖਰੀਦੇ ਗਏ ਨੇ ਇਹ ਉਹ ਪ੍ਰੋਜੈਕਟ ਦੇ ਵਿੱਚ ਕਪਲਾ ਕੀਤਾ ਗਿਆ ਜਿਹੜੇ ਕਿ ਲੋਕਾਂ ਦੇ ਲਈ ਜਿਹੜੇ ਪਿੰਡੂ ਖੇਤਰ ਦੇ ਵਿੱਚ ਹੁੰਦੇ ਨੇ ਉੱਥੇ ਕਈ ਚੰਗੇ ਪ੍ਰੋਜੈਕਟ ਚਲਾਏ ਜਾ ਰਹੇ ਸੀ ਤੇ ਹੁਣ ਇਸ ਪੂਰੇ ਕਪਲੇ ਦੀ ਜਾਂਚ ਕੀਤੀ ਜਾ ਰਹੀ ਹੈ 100 ਕਰੋੜ ਦਾ ਇੱਕ ਕਪਲਾ ਦੱਸਿਆ ਜਾ ਰਿਹਾ ਤੇ ਹਰਿਆਣਾ ਦੇ ਵਿੱਚ ਇੱਕ ਕਪਲਾ ਹੁੰਦਾ ਹੈ ਤੇ ਜਿਸ ਤੋਂ ਬਾਅਦ ਜਿਵੇਂ ਹੀ ਪਰਦਾ ਫਾਸ਼ ਹੁੰਦਾ ਹੈ ਤੇ ਇਹਨਾਂ ਅਧਿਕਾਰੀਆਂ ਦੀ ਜਾਂਚ ਪੜਤਾਲ ਕਰਕੇ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪਹਿਲਾਂ ਹੀ हरियाणा ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇਸ ਪੂਰੇ ਕਪਲੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਤੇ ਅਚਨਚੇਤ ਚਾਪੇਮਾਰੀ ਮਾਰਨ ਤੋਂ ਬਾਅਦ ਇਸ ਕਪਲੇ ਦਾ ਪਰਦਾਫਾਸ਼ ਕੀਤਾ ਗਿਆ ਲਗਭਗ 100 ਕਰੋੜ ਦਾ ਇੱਕ ਅਪਲਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਕਈ ਸੀਨੀਅਰ ਅਧਿਕਾਰੀ ਜਿਹੜੇ ਹੈ ਗ੍ਰਿਫਤਾਰ ਹੋਏ ਨੇ ਕਈ ਮੁਲਾਜ਼ਮ ਜਿਹੜੇ ਨੇ ਗ੍ਰਿਫਤਾਰ ਹੋਏ ਨੇ ਇਹਨਾਂ ਦੇ ਵੱਲੋਂ ਆਪਣੇ ਨਿੱਜੀ ਹਿੱਤਾਂ ਦੇ ਲਈ ਇੱਕ ਅਪਲਾ ਕੀਤਾ ਗਿਆ ਸੀ ਤੇ ਕਪਲੇ ਦੇ ਵਿੱਚ ਇਹਨਾਂ ਦੇ ਵੱਲੋਂ ਜਿਹੜਾ ਹੈ ਆਪਣੇ ਜ਼ਮੀਨਾ ਤੇ ਨਾਲ ਹੀ ਫਲੈਟ ਤੱਕ ਖਰੀਦ ਲਈ ਗਏ ਨੇ ਤਾਂ ਹਰਿਆਣਾ ਦੇ ਜਿਹੜੇ ਸਹਾਇਕਤਾ ਵਿਭਾਗ ਦੀ ਏਕੀਕ੍ਰਿਤ ਸਹਿਕਾਰੀ ਵਿਕਾਸ ਪ੍ਰੋਜੈਕਟ ਦੇ ਅਧਿਕਾਰੀ ਜਿਹੜੇ ਨੇ ਉਹ ਮਿਲ ਕੇ ਚਾਰਟਰਡ ਅਕਾਊਂਟੈਂਟ ਵੀ ਇਸ ਕਪਲੇ ਦੇ ਵਿੱਚ ਸ਼ਾਮਿਲ ਸੀ ਤੇ ਕੁਝ ਨਿੱਜੀ ਵਿਅਕਤੀ ਵੀ ਇਹਨਾਂ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਲੰਬੇ ਸਮੇਂ ਤੋਂ ਕਪਲਾ ਜੜਾਇਆ ਕੀਤਾ ਜਾ ਰਿਹਾ ਸੀ ਜਿਹੜੀ ਇਹ ਸਕੀਮ ਜਿਹੜਾ ਇਹ ਪ੍ਰੋਜੈਕਟ ਸੀ ਇਹ ਪਿੰਡوں ਵਿਕਾਸ ਤੇ ਖੇਤੀ ਖੇਤਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਚਲਾਉਂਦਾ ਸੀ ਲੋਕਾਂ ਦੀ ਭਲਾਈ ਦੇ ਲਈ ਇਹ ਪ੍ਰੋਗਰਾਮ ਚੁਲਾਏ ਜਾਂਦੇ ਸੀ ਪਰ ਇਹ ਅਧਿਕਾਰੀ ਲੰਬੇ ਸਮੇਂ ਤੋਂ ਇਸ ਕਪਲੇ ਨੂੰ ਅੰਜਾਮ ਦੇ ਰਹੇ ਸੀ ਐਨਾ ਹੀ ਨਹੀਂ ਇਹਨਾਂ ਅਧਿਕਾਰੀਆਂ ਦੇ ਵੱਲੋਂ ਇਸ ਕਪਲੇ ਨੂੰ ਕਰਨ ਤੋਂ ਬਾਅਦ ਆਪਣੀਆਂ ਜ਼ਮੀਨਾਂ ਤੇ ਨਾਲ ਹੀ ਫਲੈਟ ਖਰੀਦੇ ਗਏ ਸੀ ਹਰਿਆਣਾ ਦੇ ਐਂਟੀ ਕਰਪਸ਼ਨ ਬਿਊਰੋ ਨੇ ਇਸ ਕਪਲੇ ਨੂੰ ਫੜਿਆ ਤੇ ਸਹਿਕਾਰਤਾ ਵਿਭਾਗ ਦੇ 10 ਸੀਨੀਅਰ ਅਧਿਕਾਰੀ ਤੇ ਚਾਰ ਨਿਜੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਐਂਟੀ ਕ腐ਪਸ਼ਨ ਬਿਊਰੋ ਨੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਖੁਦ ਇਸ ਪੂਰੇ ਕਪਲੇ ਦੇ ਉੱਤੇ ਨਜ਼ਰ ਰੱਖ ਰਹੇ ਸੀ ਤੇ ਉਹਨਾਂ ਦੇ ਵੱਲੋਂ ਪਹਿਲਾਂ ਹੀ ਇਸ ਪੂਰੇ ਕਪਲੇ ਦੀ ਜਾਣਕਾਰੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦੇ ਦਿੱਤੀ ਗਈ ਸੀ ਮੁੱਖ ਮੰਤਰੀ ਦੇ ਵੱਲੋਂ ਇਸ ਪੂਰੇ ਕਪਲੇ ਦਾ ਪਰਦਾ ਖਫਾਸ਼ ਕਰਨ ਦੇ ਲਈ ਹਰੀ ਛੰਡੀ ਵੀ ਦੇ ਦਿੱਤੀ ਗਈ ਬਾਅਦ ਵਿੱਚ ਜਿਹੜੀ ਟੀਮ ਨੇ ਕਪਲੇਵਾਜਾਂ ਨੂੰ ਫੜਿਆ ਤੇ ਉਸ ਤੋਂ ਬਾਅਦ ਬੀਰਨੋ ਉਮੀਸੀ ਕਪਲੇ ਦੀ ਜਾਂਚ ਦੌਰਾਨ ਅਧਿਕਾਰੀ ਹੋਰ ਵਿਫੜੇ ਜਾਣਗੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਜਿਹੜੇ ਅਧਿਕਾਰੀ ਫੜੇ ਗਏ ਨੇ ਰਿਮਾਂਡ ਦੇ ਵਿੱਚ ਲੈ ਕੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਸਹਾਇਕਤਾ ਵਿਭਾਗ ਦੇ ਸਹਾਇਕ ਰਜਿਸਟਰਾਰ ਸਹਾਇਕ ਕਮੇਟੀ ਤੇ ਜ਼ਿਲ੍ਹਾ ਰਜਿਸਟਰਾਰ ਸਹਾਇਕ ਕਮੇਟੀ ਦੇ ਵੱਲੋਂ ਜਿਹੜੇ ਆਡਿਟ ਹੈ ਇਸ ਆਡੀਟਰ ਆਦੀ ਮਿਲੀ ਭੁਗਤ ਦੇ ਨਾਲ ਇੱਕ ਕਪਲਾ ਕੀਤਾ ਜਾ ਰਿਹਾ ਸੀ ਤੇ ਰਾਸ਼ੀ ਜਿਹੜੀ ਹੈ ਸਰਕਾਰੀ ਖਾਤਿਆਂ ਦੇ ਵਿੱਚ ਜਿਹੜੀ ਦੱਸੀ ਜਾ ਰਹੀ ਸੀ ਉਹ ਵੀ ਸਾਰੀ ਜਾਲੀ ਦਸਤਾਵੇਜ਼ ਇਹਨਾਂ ਦੇ ਲੋ ਦੱਸੇ ਜਾ ਰਹੀ ਸੀ ਕਿ ਜਿੰਨੇ ਵੀ ਪੈਸੇ ਆਉਂਦੇ ਸੀ ਆਪਸ ਦੇ ਵਿੱਚ ਇਹ ਵੰਡ ਲੈਂਦੇ ਸੀ ਤੇ ਇਹਨਾਂ ਅਧਿਕਾਰੀਆਂ ਨੇ ਸਰਕਾਰੀ ਰਿਕਾਰਡ ਤੇ ਬੈਂਕ ਖਾਤੇ ਸਬੰਧੀ ਵੇਰਵਿਆਂ ਦੇ ਵਿੱਚ ਵੀ ਸਾਰਾ ਕੁਝ ਜਾਲੀ ਦੱਸਿਆ ਹੋਇਆ ਸੀ ਐਂਟੀ ਕ腐ਪਸ਼ਨ ਬਿਊਰੋ ਦੇ ਡੀਜੀ ਸ਼ਤਰੂਜੀਤ ਕਪੂਰ ਨੇ ਦੱਸਿਆ ਕਿ ਪੂਰੇ ਮਾਮਲੇ ਦੇ ਵਿੱਚ ਇੱਕਿਕ੍ਰਿਤ ਸਹਿਕਾਰਤਾ ਵਿਕਾਸ ਪ੍ਰੋਜੈਕਟ ਦੇ ਨਾਂ ਉੱਤੇ 100 ਕਰੋੜ ਰੁਪਏ ਦਾ ਗਮਨ ਹੋਇਆ ਹੈ ਜੋ ਜ਼ਿਆਦਾ ਵੀ ਹੋ ਸਕਦਾ ਹੈ ਇਹ ਪੜਤਾਲ ਕਰਨ ਤੋਂ ਬਾਅਦ ਪਤਾ ਚੱਲੇਗਾ ਸਾਰੇ ਜ਼ਰੂਰੀ ਸਬੂਤ ਜਿਹੜੇ ਹੈ ਉਹ ਜਟਾਏ ਜਾ ਰਹੇ ਇਸ ਪੂਰੇ ਮਾਮਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਮੁਲਜ਼ਮਾ ਖਿਲਾਫ ਕਰਨਾਲ ਤੇ ਅੰਬਾਲਾ ਰੇਂਜ ਦੇ ਵਿੱਚ ਵਕ ਵਕਤ ਆਰਾਮ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਨੇ ਬਿਊਰੋ ਦੀ ਟੀਮ ਨੇ ਕਪੜੇ ਦੇ ਵਿੱਚ ਸ਼ਾਮਿਲ 6 ਗਸ਼ਟੜ ਅਫਸਰ ਨਾਲ ਹੀ ਕਈ ਜਿਹੜੇ ਸੀਨੀਅਰ ਅਧਿਕਾਰੀ ਤੇ ਚਾਰ ਨਿਜੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਰਿਮਾਂਡ ਲੈ ਲਿਆ ਗਿਆ ਤੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਨਾਲ ਹੋਰ ਕਿੰਨੇ ਕੁ ਅਧਿਕਾਰੀ ਸ਼ਾਮਿਲ ਨੇ ਜਿਹੜੇ ਇਸ ਕਪਲੇ ਦੇ ਵਿੱਚ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਕਪਲਾ 100 ਕਰੋੜ ਤੋਂ ਵੱਧ ਹੋ ਸਕਦਾ ਹੈ ਤੇ ਨਾਲ ਹੀ ਜਿਹੜੀਆਂ ਜ਼ਮੀਨਾਂ ਤੇ ਫਲੈਟਸ ਇਹਨਾਂ ਅਧਿਕਾਰੀਆਂ ਦੇ ਵੱਲੋਂ ਖਰੀਦੇ ਗਏ ਸਨ ਉਹਨਾਂ ਦੀ ਵੀ ਜਾਂਚ ਪੜਤਾਲ ਹੋ ਰਹੀ ਹੈ ਤੇ ਨਾਲ ਹੀ ਇਹ ਪੁੱਛ ਪੜਤਾਲ ਕਰ ਰਹੇ ਨੇ ਕਿੰਨੇ ਲੰਬੇ ਸਮੇਂ ਤੋਂ ਇਹ ਕਪਲਾ ਚੱਲ ਰਿਹਾ ਹੈ ਤੇ ਉੱਥੇ ਹੀ ਖਾਸ ਤੌਰ ਤੇ ਜਿਹੜੇ ਇਸ ਕਪਲੇ ਦੇ ਵਿੱਚ ਸ਼ਾਮਿਲ ਸੀ ਉਹਨਾਂ ਤੋਂ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਤੇ ਨਾਲ ਹੀ ਜਿਹੜੇ ਨਿਜੀ ਵਿਅਕਤੀ ਗ੍ਰਿਫਤਾਰ ਕੀਤੇ ਨੇ ਉਹਨਾਂ ਤੋਂ ਵੀ ਕਈ ਚੀਜ਼ਾਂ ਪੁੱਛੀਆਂ ਜਾ ਰਹੀਆਂ ਨੇ ਕਿ ਹੋਰ ਕਿੰਨੇ ਕ ਨਿਜੀ ਵਿਅਕਤੀ ਇਸ ਪੂਰੇ ਕਪਲੇ ਦੇ ਵਿੱਚ ਸ਼ਾਮਿਲ ਨੇ ਤੇ ਕਦੋਂ ਤੋਂ ਇਹ ਕਪਲਾ ਚੱਲ ਰਿਹਾ ਹੈ ਤੁਸੀਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਪ੍ਰਤੀਕਿਰਿਆ ਆਪਣੀ ਦੇ ਸਕਦੇ ਹੋ ਕੀ ਕੁਝ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਸੋਚਦੇ ਹੋ ਹੋਰ ਤਾਜ਼ਾ ਅਪਡੇਟਸ ਜਾਣਨ ਦੇ ਲਈ ਜਿਹੜੇ ਲੋ ABC ਪੰਜਾਬ ਦੇ ਨਾਲ